ਹਾਂਜੀ ਅਸਲਾਮੁਆਲਿਕਮ ਸਭ ਨੂੰ ਮੈਂ ਹਾਦ ਜਮਾਲ ਤੁਸ ਦਿਖ ਰਿਹਾ ਬੀਸੀ ਟੀਵੀ ਪੰਜਾਬੀ ਲੋ ਜੀ ਮੈਂ ਤੁਹਾਡੇ ਲਈ ਵੀਡੀਓ ਲੈ ਕੇ ਆ ਹਾਂ ਬੋਨਸ ਸੇ ਚੰਤ ਬਾਰੇ ਬੋਨਸ ਸੇ ਚੰਤ ਉਹ ਜਿਹੜਾ ਹੁਣ ਅੱਗੂ ਤੁਹਾਨੂੰ ਉਹ ਤੋਂ ਚੰਤ ਮਿਲਣਾ ਹੈ ਇਹਦੇ ਬਾਰੇ ਮੋਸਟ ਇੰਪੋਰਟੈਂਟ ਜਿਹੜੀ ਨਵੀਂ ਅਪਡੇਟ ਆ ਗਈ ਹੈ ਤੇ ਜਿਹੜੀ ਕਿ ਤੁਹਾਡਾ ਨਾਲ ਸ਼ੇਅਰ ਕਰਨੀ ਬਹੁਤ ਜ਼ਰੂਰੀ ਸੀ ਕਿਉਂਕਿ ਇਹਦੇ ਪਹਿਲੇ ਇਨਸਟਰਕਸ਼ਨ ਜਿਹੜੀ ਸੀ ਹਦਾਇਤ ਜਿਹੜੀ ਸੀ ਇੰਪਸਤੀਆਂ ਉਹ ਡਿਫਰੈਂਸ ਸੀ ਉਹ ਲੇਕਿਨ ਹੁਣ ਨਵੀਂ ਜਦ ਵੀ ਹਦਾਇਤ ਆਏ ਤਾਂ ਵੀ ਕਿ ਤੇ ਮੈਂ ਵੀ ਤੁਹਾਡਾ ਨਾਲ ਸ਼ੇਅਰ ਕਰਾਂਗਾ ਨਵੀਂ ਹਦਾਇਤ ਦੇ ਮਦਾਵਕ ਜਿਹੜਾ ਕਿ ਬੋਨਸ ਜਿਹੜਾ ਵਿੱਚ ਹੈ ਚੰਤ ਤੋਂ ਤੂੰ ਉਤ ਤੋਂ ਚੰਤ ਜਿਹੜਾ ਅੱਗੇ ਆਉਣਾ ਹੈ ਉਹ ਆਟੋਮੈਟਿਕਲੀ ਨਹੀਂ ਹੋਣਾ ਹੈ ਵੀ ਕਿਵੇਂ ਹੋਣਾ ਹੈ ਉਹਦੇ ਬਾਰੇ ਅਸੀਂ ਗੱਲ ਕਰਾਂਗੇ ਉਹਦੇ ਤੋਂ ਪਹਿਲੇ ਜਿਨ੍ਹਾਂ ਦਾ ਲਿਖਿਆ ਆ ਰਿਹਾ ਹੈ ਜਿਨ੍ਹਾਂ ਦਾ ਲਿਖਿਆ ਆ ਰਿਹਾ ਹੈ ਅਕੋਲਤਾ ਉਹਨਾਂ ਨੂੰ ਫਿਰ ਮੈਂ ਦੁਬਾਰਾ ਕਲੀਅਰ ਕਰਾਂਗਾ ਕਿ ਉਹਨਾਂ ਦੇ ਪੈਸੇ ਕਲੀਅਰ ਹੋ ਗਏ ਨੇ ਮਮਕਨ ਹੈ ਇੰਪਸ ਲੇਟ ਹੈ ਥੋੜੀ ਤੁਹਾਨੂੰ ਰੀਚਾਰਜ ਕਰਨੇ ਵਿੱਚ ਤੁਸੀਂ ਫਸਚੀਗੂਲ ਪ੍ਰਵੇਦਨ ਜਾਰੇ ਪ੍ਰਸਤਾਸੀਓਨੇ ਪਾਗਮੈਂਟੀ ਦੇ ਜਾ ਕੇ ਆਪਣੀ ਪੇਮੈਂਟ ਚੈੱਕ ਕਰ ਸਕਦੇ ਹੋ ਕਿ ਤੁਹਾਡੇ ਪੈਸੇ ਕਲੀਅਰ ਹੋਏ ਨੇ ਔਰ ਅਕੋਲਤਾ ਆ ਗਿਆ ਤਾਂ ਤੁਹਾਡੇ ਪੈਸੇ ਕਿਹੜੀ ਤਾਰੀਖ ਨੂੰ ਮਿਲ ਰਹੇ ਨੇ ਉੱਥੇ ਜਾ ਕੇ ਤੁਹਾਨੂੰ ਡੇਟ ਵਗੈਰਾ ਮਿਲ ਸਕਦੀ ਹੈ ਤੇ ਅਦਰਵਾਇਜ਼ ਜੇ ਅਤੇਜ਼ਾ ਦੀ ਅਜੀਤੋ ਆਰੇ ਤਾਂ ਫਿਰ ਤੁਹਾਡਾ ਜਿਹੜਾ ਪ੍ਰਾਤਿਕਾ ਉਹ ਬੋਲੂ ਤਾਸੀਓਨੇ ਵਿੱਚ ਹੈ ਬਲੂਟਾਸ਼ਨ ਦੇ ਮਤਲਬ ਮੁਰਾਦ ਯਾਨੀ ਕਿ ਅਬਜ਼ਰਵੇਸ਼ਨ ਹੈ ਉਹ ਦੇਖ ਰਹੇ ਨੇ ਦੇਖਪਾਲ ਕਰ ਰਹੇ ਨੇ ਠੀਕ ਹੈ ਇਹ ਤੁਹਾਡਾ ਹੀ ਨਹੀਂ ਹੈ ਬਹੁਤ ਸਾਰੇ ਲੋਕਾਂ ਦਾ ਬਲੂਟਾਸ਼ਨ ਵਿੱਚ ਹੈ ਬਹੁਤ ਸਾਰੇ ਇੱਕ ਕਾਫੀ ਮੈਜੋਰਟੀ ਹੈ ਜਿਨ੍ਹਾਂ ਵਿੱਚ ਜਿਨ੍ਹਾਂ ਲੋਕਾਂ ਦਾ ਬਲੂਟਾਸ਼ਨ ਵਿੱਚ ਹੈ ਕਿਉਂਕਿ ਪਹਿਲੇ ਪਹਿਲੇ ਜਿਨ੍ਹਾਂ ਲੋਕਾਂ ਨੇ ਅਪਲਾਈ ਕੀਤੇ ਸੀ ਉਹਨਾਂ ਨੂੰ ਸੂਬੇ ਤੋਂ ਦੇ ਦਿੱਤੇ ਕਿਉਂਕਿ ਇੰਪਸ ਦੀ ਤਰਫੋਂ ਜਿਹੜੀ ਵੈਬਸਾਈਟ ਸੀ ਉਹ ਵੀ ਹੈਂਗ ਹੋ ਗਈ ਸੀ ਇਸ ਕਰਕੇ ਹੈ ਪਹਿਲੇ ਪਹਿਲੇ ਲੋਕਾਂ ਨੂੰ ਦੇਖੇ ਸੋਣੇ ਬਗੈਰ ਜਲਦੀ ਤੋਂ ਜਲਦੀ ਬੋਨਸਸ ਦਿੱਤੇ ਗਏ ਨੇ ਤੇ ਉਹਨਾਂ ਨੂੰ ਬਾਅਦ ਵਿੱਚ ਹੁਣ ਦੇਖਿਆ ਜਾਏਗਾ ਕਿ ਉਹਨਾਂ ਕੋਲ ਪੈਸੇ ਵਾਪਸ ਵੀ ਲੈ ਜਿਨ੍ਹਾਂ ਦੇ ਜਿਹੜੇ ਅੱਕ ਨਹੀਂ ਸੀ ਰੱਖਦੇ ਜਿਨ੍ਹਾਂ ਨੂੰ ਦੇਖੇ ਪਹਿਲੇ ਬਗੈਰ ਆਬਜ਼ਰਵ ਕੀਤੇ ਬਗੈਰ ਬਲੂਤਾਸ਼ੀ ਉਹਨਾਂ ਦੇ ਬੁਹਾਰ ਜਿਨ੍ਹਾਂ ਨੂੰ ਪੈਸੇ ਦਿੱਤੇ ਗਏ ਉਹਨਾਂ ਕੋਲ ਪੈਸੇ ਮੌਮਕਨ ਹੈ ਵਾਪਸ ਵੀ ਲੈ ਜਾਣਗੇ ਤੇ ਤੁਹਾਡੇ ਜਿਹੜੇ ਦੇਖ ਕੇ ਦੇ ਰਹੇ ਨੇ ਜਾਂ ਤੇ ਤੁਹਾਡਾ ਰਿਜੈਕਟ ਕਰਨ ਫਿਰ ਕਲੀਅਰ ਹੋਵੇਗਾ ਅਜੇ ਰਿਫਿਊਜ਼ ਨਹੀਂ ਕੀਤਾ ਰਿਜੈਕਟ ਨਹੀਂ ਕੀਤਾ ਫਿਰ ਤੁਸੀਂ ਵੇਟਿੰਗ ਲਿਸਟ ਵਿੱਚ ਉਹ ਤੁਹਾਡਾ ਆਬਜ਼ਰਵੇਸ਼ਨ ਵਿੱਚ ਹੈ ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਤੁਸੀਂ ਮੈਕਸਿਮਮ ਜੇ ਕਰਨਾ ਚਾਹੁੰਦੇ ਹੋ ਤੇ ਤੁਸੀਂ ਇੰਪਸ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਉਹਨਾਂ ਕੋਲੋਂ ਮੈਂ ਵੀਡੀਓ ਅਪਲੋਡ ਕੀਤੀ ਹੈ ਜਿੱਦਾਂ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਵੀ ਦੇ ਦਾਂਗਾ ਕਿ ਤੁਸੀਂ ਉਹ ਇੰਪਸ ਦੀ ਅਫੀਸ਼ੀਅਲ ਵੈਬਸਾਈਟ ਤੇ ਜਾ ਕੇ ਤੁਸੀਂ ਉਹਨਾਂ ਨੂੰ ਬਿਨਾਂ ਲੌਗਇਨ ਹੋਇਆ ਲੌਗਇਨ ਕੀਤੇ ਜੇ ਤੁਹਾਡੇ ਕੋਲ ਪਿੰਨ ਵਗੈਰਾ ਨਹੀਂ ਹੈ ਨਾ ਲੌਗਇਨ ਕੀਤੇ ਬਿਨਾਂ ਤੁਸੀਂ ਉਹਨਾਂ ਨੂੰ ਦੁਮੰਦਾਂ ਦਾ ਜਾਂ ਕੁਐਸਚਨ ਕਿਵੇਂ ਕਰ ਸਕਦੇ ਹੋ ਵੀ ਜੇ ਤੁਸੀਂ ਆਪਣੇ ਦੁਮੰਦ ਦੇ ਬਾਰੇ ਜਿਹੜਾ ਕੀਤਾ ਹੋਇਆ ਤੁਸੀਂ ਉਹਦੇ ਬਾਰੇ ਪੁੱਛਣਾ ਚਾਹੁੰਦੇ ਹੋ ਤੇ ਉਹਦੇ ਮੈਂ ਲਿੰਕ ਦੇਵਾਂਗਾ ਉਸ ਤੋਂ ਬਾਅਦ ਜੇ ਤੁਸੀਂ ਸਮਝ ਦਿਓ ਕਿ ਤੁਹਾਡੀ ਦਾਤੀ ਜਿਹੜੀ ਪ੍ਰੋਪਰ ਪ੍ਰੋਪਰ ਨਹੀਂ ਹੈ ਤੇ ਮੋਡੀਫਾਈ ਕਰਨ ਵਾਲੀ ਹੈ ਮੋਡੀਫਿਕੇਸ਼ਨ ਕਿਸੇ ਕਿਸਮ ਦੀ ਆਈਦੀ ਹੈ ਉਹਦਾ ਵੀ ਲਿੰਕ ਮੈਂ ਡਿਸਕ੍ਰਿਪਸ਼ਨ ਤੇ ਵੀ ਦੇਵਾਂਗਾ ਫਿਰ ਤੀਸਰੀ ਵੀਡੀਓ ਦਾ ਮੈਂ ਲਿੰਕ ਦੇਵਾਂਗਾ ਜਿਹਦੇ ਵਿੱਚ ਤੁਸੀਂ ਆਪਣੇ ਜਿਹਾ ਕਰ ਰਕਮ ਵਿਕੇੜੀ ਤਾਰੀਖ ਨੂੰ ਮਿਲਣੀ ਹੈ ਉਹਦਾ ਵੀ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿਆਂਗਾ ਕਿ ਕਿਵੇਂ ਤੁਸੀਂ ਦੇਖ ਸਕਦੇ ਹੋ ਉਸ ਵੀਡੀਓ ਦੇ ਥਰੂ ਤੇ ਰੀਨੋਵੋ ਕਰਨ ਦਾ ਕੀ ਸਿਸਟਮ ਹੈ ਕਿਉਂਕਿ ਉਹਨ ਡਾਇਰੈਕਟ ਆਟੋਮੈਟਿਕਲੀ ਰੀਨੋਵੋ ਨਹੀਂ ਹੋਣਾ ਇਹ ਬਹੁਤ ਰੀਨੋਵੋ ਬੋਨਸ ਪਰ ਦਿੱਤਾ ਹੈ ਵਾ ਪਰ ਰਿਕੇਦਰੇ ਬਸ ਤੇਰਾ ਉਹਨਾਂ ਸਿੰਪਲੀ ਇੱਕ ਕਲਿਕ ਇਗਨੇ ਸਿੰਪਲੀ ਇੱਕ ਕਲਿਕ ਕਰਨੀ ਪਵੇਗੀ ਤੁਹਾਨੂੰ ਠੀਕ ਹੈ ਜੇ ਤੁਸੀਂ ਰੀਨਿਊ ਕਰਾਉਣਾ ਹੈ ਰੀਨਿਊ ਯਾਨੀ ਕਿ ਆਟੋਮੈਟਿਕਲੀ ਕਰਨ ਵਾਲਾ ਸਿਸਟਮ ਪੁੱਲ ਜਾਓ सिंपली क्लिक करनी पेगी कई पे पर, पर बार ही नोवो बोनस की पर की हा जा छे चैन तो ऐवरो चे जो जुसे पे कौन तो के के है मिल गए छे सौ यूरो जुसे पे कौन तो ने जो कि प्रेजिडेंट है उन्होंने अनाउंस किया है उन्होंने मोदली तो सिंपली चे एक सिंपल मोदली तो उन्होंने दे दस है पर नोवो नोवी यू तीवीस दलस्ता तो ਕਹਿੰਦੇ ਨੇ ਬਈ ਉਹਨੇ ਸਿੰਪਲ ਯਾਨੀ ਕਿ ਸਿੰਪਲ ਇੱਕ ਕਲਿਕ ਵਿੱਚ ਤੋਂ ਜੀ ਆਪਣਾ ਜਿਹੜਾ ਜਿਹੜਾ ਇਹ ਦਮੰਦ ਹੈ ਤੁਸੀਂ ਇਹ ਰੀਨਿਊ ਕਰ ਸਕੋਗੇ ਠੀਕ ਹੈ ਉਹਨ ਸਿੰਪਲ ਕਲਿਕ ਕਿਹੜੀ ਹੋਵੇਗੀ ਫਿਲਹਾਲ ਕਹਿੰਦੇ ਨੇ ਬਈ ਇਲ ਬੋਨਸ ਬੋਨਸ ਪਰ ਦਿੱਤਾ ਆਇਵਾ ਜਿਹੜਾ ਪਰ ਲਿਬਰੀ ਪਰਫਿਸ਼ੀਨੀਸti ਨੌਨ ਸੋਲੋਸ ਆਰਾਂ ਦੀ ਨੋਵੋ ਨੀਨ ਨਾਲ ਰੀਨੋ ਹੋੜਗਾ ਅਨ ਕੇ ਪਰ ਪ੍ਰੋਕਸੀਮੋ ਮੇਜ਼ੀ ਅਗਲੀ ਮਹੀਨੇ ਵੀ ਮਾਸਾਰਾ ਐਨ ਕੇ ਉਹਨੇ ਸਿੰਪਲੀ ਚੈਕ ਲਈ ਸਿੰਪਲੀ ਚੈਕ ਪ੍ਰੇਜ਼ੈਂਟ ਆਰੀ ਦੀ ਰਿਕਵੈਸਟ ਕਿ ਨਾ ਪੀਓ ਸਿੰਪਲੀ ਚੀਜ਼ ਹੈ ਜਨ ਕਿ ਜਿਆਦਾ ਆਸਾਨੀ ਹੋਰ ਸਿੰਪਲੀ ਤੁਸੀਂ ਤੁਸੀਂ ਆਪਣਾ ਰਿਕੈਸਟ ਕਰ ਸਕੋਗੇ ਆਟੋਮੈਟਿਕਲੀ ਯਾਨੀ ਕਿ ਨਿਊ ਨਹੀਂ ਹੋਣਾ ਇਹ ਵੀ ਆਟੋਮੈਟਿਕਲੀ ਨਿਊ ਨਹੀਂ ਹੋਣਾ ਯਾਨੀ ਕਿ ਫਿਰ ਤੁਸੀਂ ਉਹਨੂੰ ਰੀਨਿਊ ਕਰਨ ਲਈ ਇਸ ਸਿੰਪਲ ਸਟੈਪਸ ਹੋਣੇ ਨੇ ਜਿਹੜੇ ਤੁਸੀਂ ਤੁਹਾਨੂੰ ਕਰਨੇ ਪੈਣੇ ਨੇ ਉਹ ਸਿੰਪਲ ਸਟੈਪਸ ਕਿਹੜੇ ਨੇ ਉਹ ਦਿਕਰੇ ਤੋਂ ਅਪ੍ਰੀਲੇ ਜਦ ਆਉਂਦਾ ਹੈ ਦਿਕਰੇ ਤੋਂ ਅਪ੍ਰੀਲੇ ਦੇ ਨਾਲ ਹੀ ਸਾਨੂੰ ਉਹ ਚੀਜ਼ਾਂ ਸ਼ੋ ਹੋਣਗੀਆਂ ਅਨਾਉਂਸ ਕੀਤੀਆਂ ਗਈਆਂ ਨੇ ਹੁਣ ਜ਼ੈਰੀ ਗੱਲੇ ਲੇਕਿਨ ਸ਼ੋ ਜਿਹੜੀਆਂ ਹੋਣਗੀਆਂ ਦਿਕਰੇ ਤੋਂ ਅਪ੍ਰੀਲੇ ਦੇ ਨਾਲ ਹੀ ਹੋਣਗੀਆਂ ਠੀਕ ਹੈ ਤੇ ਲੋ ਜੀ ਫਿਲਹਾਲ ਲਈ ਇਨਾ ਹੀ ਕਿ ਤੁਹਾਡਾ ਜਿਹੜਾ ਦਮਾਂਦਾ ਵੈ ਯਾਦ ਰੱਖੋ ਆਟੋਮੈਟਿਕਲੀ ਨਹੀਂ ਹੋਣਾ ਇਹ ਆਪੂ ਸਿੰਪਲ ਕਲਿਕ ਹੋਣੀਆਂ ਨੇ ਸਿੰਪਲੀ ਸਿੰਪਲ ਸਿਸਟਮ ਹੋਣਾ ਜਿਹੜਾ ਕਿ ਤੁਸੀਂ ਇਹਨੂੰ ਰੀਨਿਊ ਕਰ ਸਕੋਗੇ ਆਸਾਨ ਹੋਵੇਗਾ ਮੈਂ ਉਹਦੇ ਤੇ ਵੀਡੀਓ ਪ੍ਰੋਪਰ ਬਣਾਵਾਂਗਾ ਲੇਕਿਨ ਤੁਹਾਨੂੰ ਕਰਨਾ ਪੈਣਾ ਹੈ ਰੀਨਿਊ ਠੀਕ ਹੈ ਤੇ ਜੇ ਤੁਸੀਂ ਇਤਨੀ ਮੇਰੇ ਨਾਲ ਲਾਇਓ ਤੇ ਵੀਡੀਓ ਉਮੀਦ ਹੈ ਤੁਹਾਨੂੰ ਪਸੰਦ ਆਏਗੀ ਤੇ ਵੀਡੀਓ ਵੱਧ ਤੋਂ ਵੱਧ ਬਾਕੀਆਂ ਨਾਲ ਵੀ ਸ਼ੇਅਰ ਕਰੋ ਕਿ ਬਾਕੀ ਨੇ ਵੀ ਹੈਲਪ ਹੋ ਸਕੇ ਉਹਨਾਂ ਨੂੰ ਵੀ ਇਨਫੋਰਮੇਸ਼ਨ ਮਿਲ ਸਕੇ